ਅਸਲਾਮ ਵਾਲੇਕਮ ਜੀ, ਤੁਸੀਂ ਦੇ ਰਹੇ ਹੋ ਤੁਹਾਡਾ ਦੇਸ਼ ਪੰਜਾਬ ਟੀਵੀ ਤੇ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਦੇ ਬਟਨ ਦਬਾਓ ਕੇ ਨਾਲ ਇਹਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਵੀਰਾਂ ਦੀ ਘਰ ਪਹੁੰਚੇ। ਔਰ ਤੁਸੀਂ ਦੇਖੋ ਸਭ ਤੋਂ ਪਹਿਲੇ ਮਾਸ਼ਾਅੱਲਾ ਡੇਲੀ ਅੱਛੇ ਤੇ ਖੂਬਸੂਰਤ ਜਾਨਵਰ ਤੇ ਮੁਨਾਸਿਬ ਕੀਮਤ ਦੇ ਵਿੱਚ ਲੈ ਕੇ ਹਾਜ਼ਰ ਹੋ ਜਾਂਦਾ। ਅੱਜ ਜਿਹੜਾ ਮਾਸ਼ਾਅੱਲਾ ਜਾਨਵਰ ਲੈ ਕੇ ਹਾਜ਼ਰ ਹੋਇਆ ਮਾਸ਼ਾਅੱਲਾ ਬਹੁਤ ਹੀ ਮੁਨਾਸਿਬ ਕੀਮਤ ਦੇ ਵਿੱਚ ਮਾਸ਼ਾਅੱਲਾ, ਔਰ ਬੜੀ ਅੱਛੀ ਨਸਲ ਜਾਤੀ ਗਾਂ ਹੈ ਮਾਸ਼ਾਅੱਲਾ। ਜਰਸੀ ਤੇ ਸਾਹੀਵਾਲ ਦਾ ਕਰਾਸ ਹੈ ਔਰ ਵੈੜ ਮਾਸ਼ਾਅੱਲਾ ਪੂਰੀ ਨਸਲ ਵਾਲੀ ਹੈ, ਔਰ ਉਹਦੀ ਵਿੱਚ ਚਵਾਈ ਕਰਾਂਗੇ। ਚਵਾਈ ਦਾ ਟਾਈਮ ਵੀ ਹੋ ਚੁੱਕਿਆ ਔਰ ਚਵਾਈ ਵਿੱਚ ਕਰਕੇ ਤਸੱਲੀ ਕਰਾਂਗੇ ਜਾਨਵਰ ਦੀ। ਉਸ ਤੋਂ ਬਾਅਦ ਸਾਰੀਆਂ ਗੱਲਾਂ ਬਾਤਾਂ ਭਾਈ ਦੇ ਨਾਲ ਆਉਣਗੀਆਂ। ਜਾਨਵਰ ਮੇਰੇ ਵੀਰਾਂ ਨੇ ਦੇਖਣਾ, ਤਸੱਲੀਆਂ ਕਰਨੀਆਂ ਨੇ ਔਰ ਬਾਕੀ ਲੈਣੇ ਦੇ ਮੁਕੱਦਰ ਤੇ ਨਸੀਬ ਦੀ ਗੱਲ ਹੈ। ਹਮੇਸ਼ਾ ਤੁਹਾਡੇ ਦੇਸ਼ ਪੰਜਾਬ ਟੀਵੀ ਨੇ ਤੁਹਾਡੇ ਵੀਰਾਂ ਵਾਸਤੇ ਕੋਸ਼ਿਸ਼ ਕਰਕੇ ਅੱਛੇ ਤੇ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੋਇਆ। ਔਰ ਮਾਸ਼ਾਅੱਲਾ ਕੱਦ ਕਾਠ ਵੀ ਚੰਗਾ ਮਾਸ਼ਾਅੱਲਾ ਵੈੜ ਦਾ, ਔਰ ਨਸਲਜ਼ਾਦ ਵੀ ਚੰਗੀ, ਥਣ ਵੀ ਮਾਸ਼ਾਅੱਲਾ ਪੂਰਾ ਰੁਗ ਰੁਗ ਦਾ ਹੈ ਮਾਸ਼ਾਅੱਲਾ। ਦੇਖ ਸਕਦੇ ਨੇ ਮੇਰੇ ਦੋਸਤ ਭਰਾ ਮਾਸ਼ਾਅੱਲਾ ਆਵਾਨਾ ਮੇਰੇ ਵੀਰਾਂ ਦੇ ਸਾਹਮਣੇ, ਕੋਈ ਮੇਰੇ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ ਹੈ। ਥਣ ਮਾਸ਼ਾਅੱਲਾ ਪੂਰਾ ਰੁਗ ਰੁਗ ਦਾ ਜੀ ਮਾਸ਼ਾਅੱਲਾ ਆਵਾਨਾ ਮੇਰੇ ਵੀਰਾਂ ਨੇ ਦੇਖਣਾ, ਤਸੱਲੀਆਂ ਕਰਨੀਆਂ ਨੇ ਮਾਸ਼ਾਅੱਲਾ। ਥਣ ਪੂਰਾ ਮੁੱਠ ਮੁੜਦਾ ਮਾਸ਼ਾਅੱਲਾ ਜੀ। ਔਰ ਨਸਲਜ਼ਾਦ ਮੇਰੇ ਦੋਸਤਾਂ ਦੇ ਸਾਹਮਣੇ, ਕੋਈ ਮੇਰੇ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ ਹੈ। ਔਰ ਇਸ ਟਾਈਮ ਕੀ ਹੈ ਭਾਈ ਜਾਨ? ਸਾਢੇ ਤਿੰਨ ਦਾ ਟਾਈਮ ਹੈ ਮਾਸ਼ਾਅੱਲਾ ਜੀ। ਤਿੰਨ ਵੱਜ ਕੇ ਛਿਆਲੀ ਮਿੰਟ ਹੋ ਗਿਆ, ਠੀਕ ਹੋ ਗਿਆ ਜੀ। 3:46 ਠੀਕ ਹੈ, 3:46 ਹੋ ਗਏ ਨੇ। ਅਤੇ ਭਾਈ ਜਾਨ ਆਪਾਂ ਚਵਾਈ ਟਾਈਮ ਤੋਂ ਟਾਈਮ ਕਿੰਨੇ ਵਜੇ ਕਰਨੇ ਆ? 5 ਵਜੇ ਮਾਸ਼ਾਅੱਲਾ ਜੀ। ਟਾਈਮ ਤੋਂ ਟਾਈਮ 5 ਵਜੇ ਚਵਾਈ ਹੁੰਦੀ, ਪਰ ਅਸੀਂ ਹੁਣੇ ਚਵਾਈ ਕਰਨ ਲੱਗੇ ਹਾਂ ਕਿਉਂਕਿ ਥੋੜ੍ਹਾ ਸਫ਼ਰ ਹੈਗਾ, ਮੈਂ ਵਾਪਸ ਵੀ ਜਾਣਾ। ਅਤੇ ਭਾਈ ਜਾਨ ਨੂੰ ਛੱਡ ਕੇ ਤੁਹਾਨੂੰ ਤੋਰ ਕੇ ਦਿਖਾਓ, ਫਿਰ ਚਵਾਈ ਲਾਓ ਆਪਣਾ ਵੀਡੀਓ, ਨਹੀਂ ਤਾਂ ਲੰਬੀ ਹੋ ਜਾਣੀ ਹੈ। ਮਾਸ਼ਾਅੱਲਾ ਜੀ, ਜਾਨਵਰ ਮੇਰੇ ਵੀਰਾਂ ਦੇ ਸਾਹਮਣੇ, ਕੋਈ ਮੇਰੇ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ ਹੈ। ਇਹ ਮਾਸ਼ਾਅੱਲਾ ਚਾਲ ਡਾਲ ਮਾਸ਼ਾਅੱਲਾ ਵੈੜ ਦੀ, ਔਰ ਨਸਲਜ਼ਾਤ ਮੇਰੇ ਦੋਸਤਾਂ ਨੇ ਦੇਖ ਲੈਣੀ ਹੈ, ਤਸੱਲੀਆਂ ਕਰ ਲੈਣੀਆਂ ਨੇ, ਕਿਉਂਕਿ ਮਾਸ਼ਾਅੱਲਾ ਹਮੇਸ਼ਾ ਕੋਸ਼ਿਸ਼ ਕੀਤੀ ਹੈ ਵੀਰਾਂ ਵਾਸਤੇ ਅੱਛਾ ਅਤੇ ਮੁਨਾਸਿਬ ਕੀਮਤ ਦੇ ਵਿੱਚ ਜਾਨਵਰ ਲੈ ਕੇ ਹਾਜ਼ਰ ਹੋਵਾਂ। ਔਰ ਇਨਸ਼ਾਅੱਲਾ ਤਾਲਾ ਪੂਰੀ ਕੋਸ਼ਿਸ਼ ਰਹੀ ਵੀਰਾਂ ਵਾਸਤੇ ਲੈ ਕੇ ਹਾਜ਼ਰ ਵੀ ਹੋਈਦਾ। ਔਰ ਮਾਸ਼ਾਅੱਲਾ ਜਾਨਵਰ ਦੋਸਤਾਂ ਨੇ ਦੇਖਣਾ, ਤਸੱਲੀ ਕਰਨੀ ਹੈ। ਮਾਸ਼ਾਅੱਲਾ ਜਰਸੀ ਅਤੇ ਸਾਹੀਵਾਲ ਦੇ ਕਰਾਸ ਹੈ ਮਾਸ਼ਾਅੱਲਾ ਵੈੜ, ਔਰ ਹਵਾਨਾ ਮਾਸ਼ਾਅੱਲਾ ਮੇਰੇ ਵੀਰਾਂ ਦੇ ਸਾਹਮਣੇ, ਔਰ ਤਸੱਲੀ ਨਾਲ ਦੇਖਣੀ ਮਾਸ਼ਾਅੱਲਾ ਵੈੜ ਨੂੰ। ਮਗਰ ਵੱਛਾ ਜੀ, ਇਹ ਕਿੰਨੇ ਦਿਨਾਂ ਦੀ ਭਾਈ ਜਾਨ ਸੂਈ? ਇਹਨੂੰ ਭਾਈ ਜਾਨ ਅੱਜ 28 ਦਿਨ ਹੋ ਗਏ। ਪੱਕੇ 28 ਦਿਨ ਹੋ ਗਏ ਹਾਂਜੀ, ਕਿਉਂਕਿ ਆਪਾਂ 10 ਦਿਨਾਂ ਦਾ 20 ਦਾ ਕੀ ਹੁੰਦਾ ਫਾਇਦਾ ਨਹੀਂ। ਜੀ ਜੀ, ਠੀਕ ਹੋ ਗਿਆ। ਐ ਮਾਸ਼ਾਅੱਲਾ ਮਗਰ ਵੱਛਾ ਜੀ, ਇਹ ਛੱਡੋ ਭਾਈ ਜਾਨ, ਛੱਡੋ ਤੁਸੀਂ, ਲਓ ਲਓ ਮਾਸ਼ਾਅੱਲਾ ਜੀ। ਚਵਾਈ ਤੁਹਾਡੇ ਸਾਹਮਣੇ ਹੋਏਗੀ ਦੋਸਤਾਂ ਵੀਰਾਂ ਦੇ। ਚਵਾਈ ਕਰਾਉਣ ਦਾ ਮਕਸਦ ਇਹ ਹੁੰਦਾ ਕਿ ਚੀਜ਼ ਬੰਦਿਆਂ ਦੇ ਸਾਹਮਣੇ ਆ ਜਾਵੇ, ਦੋਸਤ ਦੇ ਸਾਹਮਣੇ ਆ ਜਾਵੇ, ਭਰਾਵਾਂ ਦੇ, ਅਤੇ ਕਿਉਂਕਿ ਇਸ ਤੋਂ ਚਵਾਈ ਵਿੱਚ ਕਰਾਉਣਾ ਜ਼ਰੂਰੀ ਹੁੰਦਾ ਜਾਨਵਰ ਦੀ। ਔਰ ਮਾਸ਼ਾਅੱਲਾ ਚਵਾਈ ਮੇਰੇ ਵੀਰਾਂ ਦੇ ਸਾਹਮਣੇ ਹੋਏਗੀ, ਔਰ ਇਨਸ਼ਾਅੱਲਾ ਮੇਰੇ ਭਰਾਵਾਂ ਦੋਸਤਾਂ ਨੇ ਤਸੱਲੀ ਕਰਨੀ ਜਾਨਵਰ ਦੀ, ਔਰ ਬੜੀ ਮੁਨਾਸਿਬ ਕੀਮਤ ਦੇ ਵਿੱਚ ਮਾਸ਼ਾਅੱਲਾ ਉਹ ਐਂਡ 'ਤੇ ਸਾਰੀਆਂ ਗੱਲਾਂ ਬਾਤਾਂ ਭਾਈ ਦੇ ਨਾਲ ਕਰਾਂਗੇ। ਦੋਸਤਾਂ ਵੀਰਾਂ ਦੇ ਸਾਹਮਣੇ, ਕੋਈ ਮੇਰੇ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ। ਥਣ ਬੜਾ ਲਾਜਵਾਬ ਲੱਗਿਆ ਵੈਣ ਨੂੰ, ਨਸਲ ਜ਼ਿਆਦਾ ਚੰਗੀ, ਔਰ ਥਣ ਵੀ ਮਾਸ਼ਾਅੱਲਾ ਪੂਰਾ ਮੁੱਠ ਮੁੱਠ ਦਾ ਰੁਗ ਰੁਗ ਦਾ ਮਾਸ਼ਾਅੱਲਾ। ਛੋਟਾ ਛੋਟਾ ਸਿੰਘ ਹੈ, ਔਰ ਕੱਦ ਮਾਸ਼ਾਅੱਲਾ ਵੈੜ ਦਾ ਮੇਰੇ ਵੀਰਾਂ ਦੇ ਸਾਹਮਣੇ, ਕੋਈ ਮੇਰੇ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ। 28 ਦਿਨਾਂ ਦੀ ਸੂਈ ਹੋਈ ਹੈ, 28 ਦਿਨ ਹੋ ਗਿਆ ਭਾਈ ਜਾਨ ਦਾ ਸੂਈ ਨੂੰ, ਅਤੇ ਰਮਜ਼ਾਨ ਭਾਈ ਪੱਕੇ 28 ਦਿਨ ਹੋ ਗਏ ਨੇ। ਅਤੇ ਹੁਣ ਚਵਾਈ ਦੇਖ ਲੈਂਦੇ ਹਾਂ ਕਿ ਮਾਸ਼ਾਅੱਲਾ ਵੈੜ ਕੋਲ ਇਸ ਟਾਈਮ ਹਾਜ਼ਰ ਮੌਕੇ ਦੁੱਧ ਕਿੰਨਾ। ਬੰਦ ਕਰ ਯਾਰ। ਇਹ ਜੀ ਮਾਸ਼ਾਅੱਲਾ ਜੀ, ਦੋਸਤਾਂ ਸਾਹਮਣੇ ਮਾਸ਼ਾਅੱਲਾ ਗਾਂ ਪਸੰਦ ਪਈ, ਔਰ ਥਣ ਪੂਰਾ ਰੁਗ ਰੁਗ ਦਾ ਮਾਸ਼ਾਅੱਲਾ ਦੋਸਤਾਂ ਦੇ ਸਾਹਮਣੇ, ਕੋਈ ਮੇਰੇ ਵੀਰਾਂ ਦੀ ਨਜ਼ਰ ਤੋਂ ਓਝਲ ਨਹੀਂ ਹੈ ਮਾਸ਼ਾਅੱਲਾ। ਜੀ ਜੀ, ਬਾਲਟੀ ਦਿਖਾ ਲੈਣ ਬਸ, ਠੀਕ ਹੈ ਸ਼ੁਰੂ ਕਰ। ਨਹੀਂ 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 ਮੂਧੀ ਦੁੱਧ ਥੱਲੇ ਡੋਲ ਗਿਆ। ਮਾਸ਼ਾਅੱਲਾ ਜੀ,
ਇਹ ਦੇਖ ਸਕਦੇ ਨੇ ਮੇਰੇ ਦੋਸਤ ਭਰਾ, ਕੋਈ ਛੱਟਾ ਨਹੀਂ, ਇੱਕ ਫੁਹਾਰ ਮਾਸ਼ਾਲਾ ਸਾਹਮਣੇ, ਮਾਸ਼ਾਲਾ ਜੀ ਗੂਠੇ ਜਿੱਡਾ ਮੋਟਾ ਚੌਣ ਹੈ ਮਾਸ਼ਾਲਾ, ਇਹ ਦੇਖ ਲਓ ਜੀ ਕੋਈ ਛੱਟਾ ਨਹੀਂ, ਕਿ ਫੁਹਾਰ ਮਾਸ਼ਾਲਾ, ਥਣ ਪੂਰਾ ਮੁੱਠ ਮੁੱਠ ਰੁਗ ਰੁਗਦਾ ਜੀ। ਚੁਆਈ ਕਰਾਉਣ ਦਾ ਮਕਸਦ ਇਹ ਹੁੰਦਾ ਕਿ ਜਾਨਵਰ ਮੇਰੇ ਵੀਰਾਂ ਦੇ ਸਾਹਮਣੇ ਆ ਜਾਵੇ, ਔਰ ਇਨਸ਼ਾਅੱਲਾ ਤਾਲਾ ਉਹ ਆਪਣਾ ਦੋਸਤਾਂ ਨੂੰ ਤਸੱਲੀ ਕਰਨੀ ਜਾਨਵਰ ਦੀ, ਔਰ ਬਾਕੀ ਲੈਣ ਦੇਣ ਮੁਕੱਦਰ ਨਸੀਬ ਦੀ ਗੱਲ ਹੈ। ਮਾਸ਼ਾਅੱਲਾ ਕੋਸ਼ਿਸ਼ ਕਰਕੇ ਵੀਰਾਂ ਵਾਸਤੇ ਅੱਛਾ ਅਤੇ ਖੂਬਸੂਰਤ ਜਾਨਵਰ ਲੈ ਕੇ ਆਦਰੋ ਇਹਦਾ। ਮਾਸ਼ਾਅੱਲਾ ਹੁਣ ਤਾਂ ਮਾਸ਼ਾਅੱਲਾ ਪੂਰੇ ਦੁੱਧ ਤੇ ਆਈ ਹੋਈ ਹੈ, ਮੈਲਾ ਸ਼ਾਲਾ ਸੱਟ ਤੇ ਆਪਣੇ ਵੀ ਵਪਾਰ ਦਾ ਹੀ ਹੈ ਮਾਸ਼ਾਅੱਲਾ ਜੀ, ਦੋਨਾਂ ਥਾਨਾਂ ਦੀ ਮਾਸ਼ਾਅੱਲਾ ਬਰਾਬਰ ਚਵਾਈ ਹੋ ਗਈ ਮਾਸ਼ਾਅੱਲਾ ਜੀ, ਅਗਲੇ ਦੋ ਥਾਨ ਮਾਸ਼ਾਅੱਲਾ ਪਿਛਲੇ ਦੀ ਹੋਰ ਮਾਸ਼ਾਅੱਲਾ ਦੁੱਧ ਵੀ ਇਹਦਾ ਚਿੱਟਾ ਸਫੈਦ ਹੈ ਬਿਲਕੁਲ ਮੱਝਾਂ ਵਾਲਾ। ਬੈਲ ਗੁੰਮ ਹੋ ਗਿਆ ਜੀ? ਅੱਛਾ ਹਾਂਜੀ, ਤੂੰ ਇੱਧਰ ਵਿਆਹ ਜਾਣੇ ਗੱਲਾਂ ਵਿੱਚ ਤੁਹਾਨੂੰ ਬੈਲ ਦਾ ਬੇੜਾ ਕਰ ਦਿੱਤਾ। ਮਾਸ਼ਾਅੱਲਾ ਯਾਰ, ਦੁੱਧ ਤਾਂ ਮਾਸ਼ਾਅੱਲਾ ਐਵੇਂ ਸੰਘਣਾ ਬੜਾ ਹੈ। ਮਾਸ਼ਾਅੱਲਾ ਜੀ ਇਹ ਦੇਖ ਲਓ ਦੁੱਧ ਮਾਸ਼ਾਅੱਲਾ ਪੂਰਾ ਵਾਈਟ, ਔਰ ਮਾਸ਼ਾਅੱਲਾ ਸੰਘਣਾ ਬੜਾ ਦੁੱਧ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ। ਗਾਵਾਂ ਦਾ ਐਡਾ ਸੰਘਣਾ ਨਹੀਂ ਹੁੰਦਾ ਹੁੰਦਾ, ਇਹਦਾ ਤਾਂ ਵਾਕਈ ਯਾਰ ਮੱਝਾਂ ਵਰਗਾ, ਡੇਲੀ ਚੁਆਈਆਂ ਕਰਵਾਈਆਂ ਨੇ ਮਾਸ਼ਾਅੱਲਾ। ਇਹ ਵੇਖੇ ਨਾ ਮਾਸ਼ਾਅੱਲਾ ਜੀ, ਅੱਲਾਹ ਤਾਲਾ ਕਿਸੇ ਦੋਸਤ ਭਰਾ ਦੇ ਨਸੀਬ 'ਚ ਕਰੇ।
ਬਸ ਛੱਡ ਜਾਓ ਜੀ, ਮਾਸ਼ਾਅੱਲਾ ਜੀ ਬਰਾਬਰ ਚਵਾਈ, ਕੋਈ ਛੱਟਾ ਕੋਈ ਫਾਰ ਕੋਈ ਨਹੀਂ, ਮਾਸ਼ਾਅੱਲਾ ਸੋਲ੍ਹਾਂ ਆਨੇ ਮਾਸ਼ਾ ਨਿੱਬੂ ਵਾਂਗੂ ਨੂੰ ਚੜ ਗਈ। ਇਹ ਦੇਖ ਸਕਦੇ ਨੇ ਮੇਰੇ ਭਰਾ, ਮਾਸ਼ਾਅੱਲਾ ਇਹ ਹੁੰਦੇ ਜਾਨਵਰ ਦੀ ਨਿਸ਼ਾਨੀ, ਮਾਸ਼ਾਅੱਲਾ ਦੁੱਧ ਬੜਾ ਮਾਸ਼ਾਅੱਲਾ ਵਾਈਟ ਔਰ ਮੱਝਾਂ ਵਾਲਾ ਦੁੱਧ ਮਾਸ਼ਾਅੱਲਾ ਚੱਕ ਕੇ ਮੇਰੇ ਵੀਰ ਦੇਖ ਸਕਦੇ ਨੇ, ਬੜਾ ਮਾਸ਼ਾਅੱਲਾ ਜਾਨਵਰ ਦਾ ਦੁੱਧ ਮਾਸ਼ਾਅੱਲਾ। ਅੱਛਾ ਆ ਜਾ ਭਾਈ ਜਾਨ, ਬੱਚਨ ਛੱਡ ਕੇ ਠੀਕ 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 ਇਹ ਦੇਖ ਲਓ ਮਾਸ਼ਾਅੱਲਾ ਚਿੱਟਾ ਸਫੈਦ ਦੁੱਧ ਹੈ ਮਾਸ਼ਾਅੱਲਾ ਜੀ, ਹੈ ਠੀਕ ਹੋ ਗਿਆ। ਜਿਵੇਂ ਗਾਵਾਂ ਦੀਆਂ ਝੱਗਾਂ ਚਾੜਦੀਆਂ ਕੋਈ ਝੱਗ ਨਹੀਂ, ਬਿਲਕੁਲ ਠੰਡਾ ਦੁੱਧ। ਇਹ ਆਪਾਂ ਟਾਈਮ ਤੋਂ ਟਾਈਮ ਕਿੰਨੇ ਵਜੇ ਚੋਣੇ ਪੈ ਜਾ? ਇਹ ਸਰ ਆਪਾਂ ਟਾਈਮ ਤੋਂ ਟਾਈਮ ਚੋਣੇ ਆ 5 ਤੋਂ 5। 5 ਤੋਂ 5 ਕਿੰਨਾ ਦੁੱਧ ਹੋ ਜਾਏਗਾ? 5 ਤੋਂ 5 12 ਲੀਟਰ ਇਹਦੇ ਕੋ ਦੁੱਧ ਹੁਣ ਮਾਸ਼ਾਅੱਲਾ ਕਿੰਨਾ ਮਿਣੇ ਹੁਣ ਕਿੰਨਾ ਮਿਣੇ? 5.5 ਕਿਲੋ 5.5 ਕਿਲੋ ਡੇਢ ਘੰਟਾ ਆਪਾਂ ਪਹਿਲਾ ਟਾਈਮ ਤੋਂ ਡੇਢ ਘੰਟਾ ਪਹਿਲੇ ਚੋਲੀ ਠੀਕ ਹੋ ਗਿਆ। ਇਹ ਮੇਰਾ ਭਾਈ ਦੱਸਣਾ ਮਾਸ਼ਾਅੱਲਾ ਦੂਸਰਾ ਸੂਆ ਜੈਨਮੈਨ, ਬਿਲਕੁਲ ਦੂਸਰਾ ਗਰੰਟੀ ਵਾਲੀ ਠੀਕ ਹੋ ਗਿਆ। ਇਹ ਮੇਰਾ ਭਾਈ ਦੱਸਣਾ ਆਪਣਾ ਨਾਮ ਕੀ ਹੈ? ਅਬਦੁਰਰਹਿਮਾਨ। ਭਾਈ ਅਬਦੁਰਰਹਿਮਾਨ ਮਾਸ਼ਾਅੱਲਾ ਜਾਨਵਰ ਸੋਹਣਾ ਦੇਖ ਲਿਆ, ਤਸੱਲੀ ਕਰ ਲਈਏ, ਚੁਆਈ ਹੋ ਗਈ ਆਪਣੇ ਸਾਹਮਣੇ, ਦੁੱਧ ਆਪਾਂ 5.5 ਲੀਟਰ ਚੋਇਆ। ਤੁਸੀਂ ਆਪਣੇ ਟਾਈਮ ਤੋਂ ਟਾਈਮ ਚੋਈਏ ਤੇ 12-13 ਲੀਟਰ ਹੈਗਾ ਆਪਾਂ ਚਵਾ ਕਿਲੋ, ਬਿਲਕੁਲ ਪੱਕਾ ਦੁੱਧ ਹੈਗਾ ਭਾਈ ਜਾਨ। ਇਹਨੇ ਹੁਣ ਵੇਖ ਲਓ 12 ਕਿਲੋ ਦੁੱਧ ਹੈ ਤੇ 28 ਦਿਨ ਹੋ ਗਿਆ ਸੂਈ ਨੂੰ। ਇਹਦੇ ਉਹਨਾਂ ਮੇਰੇ ਭਰਾ ਨੇ ਨਾ ਪੈਸੇ ਜਿਹੜੇ ਮੰਗਣੇ ਨੇ ਨਾ ਮਕੂਲ ਜੇ ਮੰਗਣੇ ਨੇ, ਜ਼ਿਆਦਾ ਮੰਗਣ ਦਾ ਫਾਇਦਾ ਕੋਈ ਨਹੀਂ ਹੈਗਾ, ਮਕੂਲ ਪੈਸੇ ਆਪਾਂ ਹੀ ਮੁੱਲ ਹੀ ਲਈਏ। ਹਾਂ ਮੁੱਲ ਲਈਏ, ਆਪਦੀ ਰੋਜ਼ੀ ਰੱਖ ਕੇ ਮੇਰੇ ਵੀਰ ਨੇ ਨਾ ਮੁਨਾਸਬ ਜੀ ਕਰੇਗਾ ਤੇ ਜਾਨਵਰ ਵੀ ਵੇਖ ਜਾਏ। ਆਪਾਂ ਰੋਜ਼ੀ ਲਾਂਗੇ ਠੀਕ ਹੈ, ਥੋੜੀ ਲੈ ਲਾਂਗੇ, ਦੁਆਨੇ ਲਾਂਗੇ ਅੱਕ ਲਾਲ ਦੀ ਬਸ ਠੀਕ ਹੈ। ਬਸ ਇਹਦਾ ਪਿਆਰ ਮੁਹੱਬਤ ਵਾਲਾ ਪੱਕਾ ਰੇਟ ਹੈ 1,90,000। 1,90,000 ਰੁਪਇਆ 1,90,000 ਦੇ ਵਿੱਚ ਸਾਨੂੰ ਆਇਆਂ ਨੂੰ ਕੀ ਛੱਡਦੇ? ਜਾ ਮੈਂ ਵੀ ਤਾਂ ਸਫ਼ਰ ਕੀਤਾ ਨਾ, 1,90,000 ਤੁਸੀਂ ਕਰ ਲਿਆ, ਸਾਨੂੰ ਆਇਆਂ ਨੂੰ ਕੋਈ ਛੱਡੋ, ਕੋਈ ਦੀਦ ਲਿਆਸ ਕਰੋ ਭਾਜੀ। ਰੇਟ ਤਾਂ ਕੀਤਾ ਪੱਕਾ ਹੀ ਠੀਕ ਹੈ, ਲੇਕਿਨ ਤੁਹਾਡੇ ਆਇਆਂ ਦਾ ਪਿਆਰ ਹੈ ਵੀ 1,85,000। 1,85,000 ਚਲੋ ਸਾਡਾ ਹੋ ਗਿਆ, ਅਤੇ 1,85,000 ਦੇ ਵਿੱਚ ਕੋਈ ਪਿਆਰ ਮੁਹੱਬਤ? 1,85,000 ਚੋਂ ਪਿਆਰ ਮੁਹੱਬਤ ਤੁਹਾਡੇ ਸਾਹਮਣੇ ਨਹੀਂ, ਮੇਰਾ ਵੀਰ ਨੇ ਫਿਰ ਵੀ ਕਰਨਾ ਪੈਣਾ ਥੋੜਾ ਬੋਤਾ। ਆਇਆ ਵੀ ਤੁਸੀਂ ਮੇਰੇ ਨਾਲ ਬਹਿਸ ਕੀਤੀ, ਆਪਾਂ ਰੇਟ ਕਰਨਾ ਕੀਤੀ ਮੈਂ ਬਿਲਕੁਲ ਕੀਤੀ। ਹੁਣ ਮਾਸ਼ਾਅੱਲਾ ਜੀ ਆਪਾਂ ਚੋਲੀਏ ਵੇਖ ਲਈਏ, ਮੈਂ ਸਾਰਾ 28 ਦਿਨਾਂ ਦੀ ਸੂਈਏ। 1,85,000 ਚ ਕੋਈ ਥੋੜਾ ਬੋਤਾ ਪਿਆਰ ਮੁਹੱਬਤ ਵੀ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ? ਬਸ ਤੁਸੀਂ ਕੈਮਰੇ 'ਚ ਇਹ ਦੱਸਣਾ, ਬਾਕੀ ਆਪਾਂ ਇਨਸ਼ਾਅੱਲਾ ਤਾਲਾ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ ਜਾਣ ਜੋ ਹੋਵੇਗਾ ਮੈਂ ਤੁਹਾਨੂੰ ਦੱਸਾਂਗਾ ਜ਼ਰੂਰ। ਚਲੋ ਸਰ ਥੋੜਾ ਬਹੁਤਾ ਹੀ ਹੋਏਗਾ, ਅੱਛਾ ਕੋਈ ਏਡਾ ਕੋਈ ਖਾਸ ਜ਼ਿਆਦਾ ਨਹੀਂ ਜੀ ਠੀਕ। ਆਪਾਂ ਰੇਟ ਬਿਲਕੁਲ ਮਕੂਲ ਕੀਤਾ ਤੁਹਾਨੂੰ ਪਤਾ, ਕਿਉਂਕਿ ਗਾਂ ਮਾਸ਼ਾਅੱਲਾ ਯਾਰ ਰਾਤ ਬੰਦ ਕਰ ਕੀ ਚੱਲੀ ਜਾਂਦਾ।
ਦੋਸਤਾਂ ਤਸੱਲੀ ਨਾ, ਮੇਰੇ ਦੋਸਤਾਂ ਨੇ ਵੀਡੀਓ ਦੇਖ ਲੈਣੀ। ਅਗਰ ਪਸੰਦ ਆਉਂਦੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ। ਸਾਡਾ ਵਟਸਐਪ ਨੰਬਰ 0308-4149-7147, ਇਹ ਸਾਡਾ ਵਟਸਐਪ ਨੰਬਰ ਰਾਬਤਾ ਨੰਬਰ। ਇਸ ਵੀਡੀਓ ਨਾਲ ਮੇਜ਼ਬਾਨ ਮੁਹੰਮਦ ਰਮਜ਼ਾਨ ਦਿਓ ਜਾ ਸਕਲੀ ਵੀਡੀਓ ਨਾਲ।